ਚੱਠਿਆਂ ਦੀ ਵਾਰ ਦੇ ਉਹ ਕਿਰਦਾਰ ਜਿਹੜੇ ਇਸ ਵਾਰ ਵਿੱਚ ਹਿੱਸਾ ਲੈਣ ਵਾਲੇ ਸਨ ਜਾਂ ਜਿਨ੍ਹਾਂ ਦਾ ਇਸ ਵਾਰ ਵਿੱਚ ਰੋਲ ਸੀ, ਉਹਨਾਂ ਵਿੱਚੋਂ ਸਾਰਿਆਂ ਤੋਂ ਪਹਿਲਾਂ ਨਾਂ ਚੜ੍ਹਤ ਸਿੰਘ ਦਾ ਆਉਂਦਾ ਹੈ। ਚੜ੍ਹਤ ਸਿੰਘ ਮਹਾਂ ਸਿੰਘ ਦਾ ਪਿਓ ਸੀ ਅਤੇ ਮਹਾਂ ਸਿੰਘ ਰਣਜੀਤ ਸਿੰਘ ਦਾ ਪਿਓ ਸੀ ਅਤੇ ਰਾਣੀ ਦੇਸਾਂ ਰਣਜੀਤ ਸਿੰਘ ਦੀ ਦਾਦੀ ਅਤੇ ਮਹਾਂ ਸਿੰਘ ਦੀ ਮਾਂ ਸੀ ਅਤੇ ਗੁੱਜਰ ਸਿੰਘ ਇਸ ਵਾਰ ਦੇ ਵਿੱਚ ਇੱਕ ਨਾਂ ਆਉਂਦਾ ਹੈ ਜਿਹੜਾ ਸਾਹਿਬ ਸਿੰਘ ਹੈ, ਇਹ ਉਸ ਦਾ ਪਿਓ ਹੋਵੇ। ਠੀਕ ਹੈ। ਨੂਰ ਮੁਹੰਮਦ ਚਿੱਠਾ ਜਿਹਦੇ ਨਾਲ ਇਹ ਜੰਗ ਚੜ੍ਹਤ ਸਿੰਘ ਦੀ ਸ਼ੁਰੂ ਹੁੰਦੀ ਹੈ ਜਾਂ ਲੜਾਈ ਸ਼ੁਰੂ ਹੁੰਦੀ ਹੈ। ਅੱਗੇ ਫਿਰ ਗੁਲਾਮ ਮੁਹੰਮਦ ਚਿੱਠਾ ਆਉਂਦਾ ਹੈ, ਉਸ ਤੋਂ ਬਾਅਦ ਕੁਤਬੁੱਦੀਨ ਚਿੱਠਾ। ਗੁਲਾਮ ਮੁਹੰਮਦ ਚਿੱਠਾ ਨੂਰ ਮੁਹੰਮਦ ਚਿੱਠੇ ਦਾ ਪੁੱਤਰ ਸੀ ਅਤੇ ਕੁਤਬੁੱਦੀਨ ਗੁਲਾਮ ਮੁਹੰਮਦ ਦਾ ਵਿਰਾ, ਯਾਨੀ ਨੂਰ ਮੁਹੰਮਦ ਦੇ ਦੋ ਪੁੱਤਰ ਸਨ, ਇੱਕ ਗੁਲਾਮ ਮੁਹੰਮਦ ਚਿੱਠਾ ਅਤੇ ਦੂਜਾ ਕੁਤਬੁੱਦੀਨ ਚਿੱਠਾ। ਅਤੇ ਰਹਿਮਤ ਖਾਨ ਅਤੇ ਖਾਨ ਮੁਹੰਮਦ ਗੁਲਾਮ ਮੁਹੰਮਦ ਚਿੱਠਾ ਦੇ ਦੋ ਪੁੱਤਰ ਸਨ ਅਤੇ ਮੀਆਂ ਖਾਂ ਚਿੱਠਾ ਇਹ ਗੁਲਾਮ ਮੁਹੰਮਦ ਚਿੱਠਾ ਦਾ ਚਾਚਾ ਅਤੇ ਨੂਰ ਮੁਹੰਮਦ ਚਿੱਠਾ ਦਾ ਭਰਾ ਸੀ। ਅਤੇ ਭੱਲਾ ਖੱਤਰੀ ਇਸ ਵਾਰ ਵਿੱਚ ਇਹਦਾ ਰੋਲ ਇਹ ਵੇ ਕਿ ਭੱਲਾ ਖੱਤਰੀ ਆਪਣੇ ਉਸ ਸ਼ਹਿਰ ਸੱਯਦ ਨਗਰ ਦੇ ਗੇਟ ਥੱਲੋਂ ਉਹਨਾਂ ਨੂੰ ਮਹਾਂ ਸਿੰਘ ਦੀ ਫੌਜ ਨੂੰ ਸੁਰੰਗ ਬਣਾ ਕੇ ਰਾਹ ਦੇਣ ਵਿੱਚ ਇਸ ਦਾ ਰੋਲ ਆਉਂਦਾ ਹੈ। ਅੱਗੇ ਕਿਰਦਾਰ ਹੈ ਗੁਲਾਮ ਮੁਹੰਮਦ ਦੀ ਬੀਵੀ। ਗੁਲਾਮ ਮੁਹੰਮਦ ਦੀ ਬੀਵੀ ਵੀ ਗੁਲਾਮ ਮੁਹੰਮਦ ਚਿੱਠਾ ਨਾਲ ਵਫਾ ਨਹੀਂ ਕਰਦੀ। ਜਦੋਂ ਉਹ ਬਿਮਾਰ ਹੋ ਜਾਂਦਾ ਤਾਂ ਇਸ ਦੀ ਖਬਰ ਮਹਾਂ ਸਿੰਘ ਨੂੰ ਕਰਦੀ ਹੈ ਅਤੇ ਕਹਿੰਦੀ ਹੈ ਕਿ ਹੁਣ ਚਿੱਠਿਆਂ 'ਤੇ ਹਮਲਾ ਕਰੋ ਅਤੇ ਇਹ ਲੜਾਈ ਜਿੱਤ ਲਓ। ਉਹ ਸ਼ਹਿਰ ਜਿਨ੍ਹਾਂ ਵਾਸਤੇ ਮਹਾਂ ਸਿੰਘ ਨੇ ਲੜਾਈਆਂ ਕੀਤੀਆਂ ਚਿੱਠਿਆਂ ਨਾਲ, ਅਤੇ ਮਹਾਂ ਸਿੰਘ ਦੇ ਪਿਓ ਨੇ ਚੜ੍ਹਤ ਸਿੰਘ ਨੇ ਸੱਯਦ ਨੂਰ ਮੁਹੰਮਦ ਚਿੱਠਾ ਨਾਲ, ਉਹਨਾਂ ਸ਼ਹਿਰਾਂ ਵਿੱਚੋਂ ਸੱਯਦ ਨਗਰ, ਰਸੂਲ ਨਗਰ ਕੋਟ ਨੂਰ ਮੁਹੰਮਦ ਦੇ ਨਾਂ ਤੋਂ ਪਹਿਲੇ ਜਾਣਿਆ ਜਾਂਦਾ ਸੀ। ਇਸ ਨੂਰ ਮੁਹੰਮਦ ਚਿੱਠਾ ਦੇ ਕਾਇਮ ਕੀਤਾ ਹੋਇਆ ਇਹ ਇੱਕ ਕਸਬਾ ਕਹਿ ਲਓ, ਇਸ ਦਾ ਫਿਰ ਨਾਮ ਬਦਲ ਕੇ ਰਸੂਲ ਨਗਰ ਰੱਖ ਦਿੱਤਾ। ਫਿਰ ਅੱਗੇ ਤੀਜਾ ਸ਼ਹਿਰ ਆਉਂਦਾ ਮੈਂਚਰ। ਸਾਰਿਆਂ ਤੋਂ ਪਹਿਲੇ ਮਹਾਂ ਸਿੰਘ ਜਦੋਂ ਹਮਲਾ ਕਰਦਾ ਤਾਂ ਉਹ ਸੱਯਦ ਨਗਰ ਖੋਣ ਵਾਸਤੇ ਲੜਾਈਆਂ ਕਰਦਾ, ਲੇਕਿਨ ਨਾਕਾਮ ਹੋ ਜਾਂਦਾ, ਫਿਰ ਰਸੂਲ ਨਗਰ ਅਤੇ ਫਿਰ ਮੈਂਚਰ। ਆਖਿਰਕਾਰ ਇਹ ਸਾਰੇ ਇਸ ਤਰ੍ਹਾਂ ਚੱਲਦੀਆਂ ਨੇ। ਅਤੇ ਸੱਯਦ ਨਗਰ ਹੀ ਸੀ ਜਿੱਥੇ ਭੱਲੇ ਖੱਤਰੀ ਨੇ ਸੁਰੰਗ ਬਣਾ ਕੇ ਉਹਦੇ ਥੱਲੋਂ ਉਹਨਾਂ ਨੂੰ ਰਾਹ ਦਿੱਤਾ ਕਿ ਮਹਾਂ ਸਿੰਘ ਦੀ ਫੌਜ ਨੂੰ ਸ਼ਹਿਰ ਦੇ ਅੰਦਰ ਦਾਖਲ ਕਰ ਦਿੱਤਾ। ਇਸ ਦੀ ਗੱਦਾਰੀ ਪਾਰੋਂ ਇਹ ਸ਼ਹਿਰ ਜਿਹੜਾ ਹੈ ਮਹਾਂ ਸਿੰਘ ਨੇ ਫਤਿਹ ਕੀਤਾ ਅਤੇ ਗੁਲਾਮ ਮੁਹੰਮਦ ਚਿੱਠਾ ਇਹਦੇ ਨਾਲ ਬਹਾਦਰੀ ਨਾਲ ਲੜਿਆ, ਪਰ ਉਸਨੂੰ ਪਤਾ ਨਹੀਂ ਸੀ ਕਿ ਉਹਦੇ ਆਪਣੇ ਇਲਾਕੇ ਦੇ ਇੱਕ ਬੰਦੇ ਹੀ ਨੇ ਉਹਦੇ ਬਾਰੇ ਮੁਖਬਰੀ ਕੀਤੀ ਹੈ ਜਾਂ ਗੱਦਾਰੀ ਕੀਤੀ ਹੈ। ਅਤੇ ਇਹ ਭੱਲੇ ਖੱਤਰੀ ਦੇ ਕਿਰਦਾਰ ਜਿਹੜਾ ਉਸਨੇ ਬਣਾ ਕੇ ਸਾਹਮਣੇ ਲਿਆਂਦਾ ਪੀਰ ਮੁਹੰਮਦ ਨੇ, ਇਹ ਉਸਦਾ ਕਿਰਦਾਰ ਵੀ ਇਸ ਤੋਂ ਡਿਫਾਈਨ ਹੁੰਦਾ ਹੈ। ਹੁਣ ਤੁਹਾਨੂੰ ਇਹਨਾਂ ਕਿਰਦਾਰਾਂ ਰਾਹੀਂ ਇਸ ਪੂਰੀ ਵਾਰ ਦਾ ਕਹਾਣੀ ਵਾਰ ਜਾਇਜ਼ਾ ਲੈਂਦੇ ਹੋਏ ਤੁਹਾਨੂੰ ਇਹਨਾਂ ਕਿਰਦਾਰਾਂ ਦੇ ਬਾਰੇ ਦੱਸਾਂਗੇ। ਸਾਰਿਆਂ ਤੋਂ ਪਹਿਲੇ ਚੜ੍ਹਤ ਸਿੰਘ ਦਾ ਨਾਂ ਆਉਂਦਾ। ਚੜ੍ਹਤ ਸਿੰਘ ਆਪਣੀ ਫੌਜ ਦੇ ਵਿੱਚ ਇੱਕ ਮੰਨਿਆ ਪ੍ਰਵੰਨਿਆ ਜਰਨੈਲ ਸੀ। ਆਪਣੀ ਫੌਜ ਦੀ ਅੱਛੇ ਤਰੀਕੇ ਨਾਲ ਦੇਖਭਾਲ ਵੀ ਕਰਦਾ ਸੀ, ਕਮਾਂਡ ਵੀ ਕਰਦਾ ਸੀ। ਚੜ੍ਹਤ ਸਿੰਘ ਆਪਣੇ ਫੌਜ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਹਕੂਮਤ ਕਰ ਰਿਹਾ ਸੀ। ਚੜ੍ਹਤ ਸਿੰਘ ਆਪਣੀ ਫੌਜ ਦੀ ਬੰਦੂਕ ਜਿਹੜੀ ਹੈ ਉਹ ਫੌਜੀਆਂ ਦੀਆਂ ਬੰਦੂਕਾਂ ਚੈੱਕ ਕਰ ਰਿਹਾ ਹੁੰਦਾ ਅਤੇ ਇੱਕ ਫੌਜੀ ਦੀ ਬੰਦੂਕ ਫੱਟਣ ਦੇ ਨਾਲ ਚੜ੍ਹਤ ਸਿੰਘ ਦੀ ਮੌਤ ਵਾਕਈ ਹੋ ਜਾਂਦੀ ਹੈ। ਉਸ ਤੋਂ ਬਾਅਦ ਰਾਣੀ ਦੇਸਾਂ ਦਾ ਕਿਰਦਾਰ ਆਉਂਦਾ ਕਿ ਰਾਣੀ ਦੇਸਾਂ ਚੜ੍ਹਤ ਸਿੰਘ ਦੀ ਬੀਵੀ ਹੋਣ ਦੇ ਨਾਤੇ ਉਸ ਦੀ ਰਾਜ ਗੱਦੀ ਨੂੰ ਸੰਭਾਲ ਲੈਂਦੀ ਹੈ। ਅਤੇ ਜਦੋਂ ਰਾਣੀ ਦੇਸਾਂ ਦੀ ਰਾਜ ਗੱਦੀ 'ਤੇ ਸੰਭਾਲਦਿਆਂ ਹੋਇਆਂ ਮਹਾਂ ਸਿੰਘ ਜਵਾਨ ਹੋ ਜਾਂਦਾ ਹੈ ਅਤੇ ਮਹਾਂ ਸਿੰਘ ਫਿਰ ਆਪਣੀ ਮਾਂ ਨੂੰ ਆਪਣੇ ਮਹਿਲ ਦੇ ਵਜ਼ੀਰਾਂ ਦੇ ਨਾਲ ਨਾਜਾਇਜ਼ ਤਾਲੁਕਾਤ ਦੀ ਬਿਨਾਹ 'ਤੇ ਉਹ ਆਪਣੀ ਮਾਂ ਨੂੰ ਮਾਰ ਦਿੰਦਾ।
ਫਿਰ ਮਹਾਂ ਸਿੰਘ ਤਖ਼ਤ 'ਤੇ ਬਹਿ ਜਾਂਦਾ ਹੈ ਅਤੇ ਮਹਾਂ ਸਿੰਘ ਦੀ ਗੁਲਾਮ ਮੁਹੰਮਦ ਚੱਠਾ ਅਤੇ ਨੂਰ ਮੁਹੰਮਦ ਚੱਠਾ ਨਾਲ ਲੜਾਈਆਂ ਹੁੰਦੀਆਂ ਨੇ। ਨੂਰ ਮੁਹੰਮਦ ਚੱਠਾ ਦੀ ਵਫਾਤ ਤੋਂ ਬਾਅਦ ਗੁਲਾਮ ਮੁਹੰਮਦ ਚੱਠਾ ਆਪਣੇ ਪਿਓ ਦੀ ਇਹ ਸਲਤਨਤ ਜਾਂ ਉਸਦੀ ਗੱਦੀ ਸੰਭਾਲਦਿਆਂ ਹੋਇਆਂ ਮਹਾਂ ਸਿੰਘ ਨਾਲ ਲੜਾਈਆਂ ਕਰਦਾ ਹੈ। ਉਹਦੇ ਕੋਲ ਤਿੰਨ ਸ਼ਹਿਰ ਹੁੰਦੇ ਨੇ, ਸੱਯਦ ਨਗਰ, ਰਸੂਲ ਨਗਰ ਅਤੇ ਮੈਂਚਰ। ਪਹਿਲੇ ਸੱਯਦ ਨਗਰ ਦੇ ਦੇਣ ਵਾਸਤੇ ਜਾਂ ਮਹਾਂ ਸਿੰਘ ਸੱਯਦ ਨਗਰ ਵਾਸਤੇ ਲੜਦਾ ਹੈ ਕਿ ਇਹ ਮੈਨੂੰ ਦੇ ਦੇ, ਅਤੇ ਦੂਸਰੀ ਤਰਫ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਹਕੂਮਤ ਤਸਲੀਮ ਕਰ ਲਓ ਅਤੇ ਬੇਸ਼ੱਕ ਇੱਥੇ ਤੁਸੀਂ ਮੈਨੂੰ ਹਰ ਸਾਲ ਟੈਕਸ ਜਿਹੜੇ ਦਿੰਦੇ ਰਹੋ ਅਤੇ ਹਕੂਮਤ ਕਰਦੇ ਰਹੋ। ਬਜ਼ਾਹਿਰ ਮਹਾਂ ਸਿੰਘ ਜਿਹੜਾ ਨਾ ਉੱਤੇ ਬਹਿ ਕੇ ਵੱਡੇ ਲੀਡਰ ਦੇ ਤੌਰ 'ਤੇ ਬਹਿਣਾ ਚਾਹੁੰਦਾ ਸੀ, ਲੇਕਿਨ ਚਿੱਠੇ ਉਸ ਦੀ ਇਹ ਟੈਕਸ ਦੇਣ ਤੋਂ ਵੀ ਇਨਕਾਰੀ ਕਰ ਦਿੰਦੇ ਨੇ। ਨਾਲ ਉਹ ਕਹਿੰਦੇ ਨੇ ਕਿ ਅਸੀਂ ਤੇਰੀ ਹਕੂਮਤ ਨਹੀਂ ਕਬੂਲ ਕਰ ਸਕਦੇ, ਬੇਸ਼ੱਕ ਸਾਨੂੰ ਤੇਰੇ ਖਿਲਾਫ਼ ਜੰਗ ਲੜਨੀ ਪਏ। ਅਤੇ ਅਖੀਰੀ ਚਿੱਠੇ ਜੰਗ ਲੜਨ ਵਾਸਤੇ ਤਿਆਰ ਹੋ ਜਾਂਦੇ ਨੇ। ਅਤੇ ਮਹਾਂ ਸਿੰਘ ਜਿਹੜਾ ਕਿ ਬੜਾ ਚਲਾਕ ਅਤੇ ਮਕਾਰ ਕਿਸਮ ਦਾ ਆਦਮੀ ਸੀ, ਕਿਉਂਕਿ ਉਸ ਨੂੰ ਰਾਜ ਗੱਦੀ ਤੋਂ ਹੱਟ ਕੇ ਕੋਈ ਚੀਜ਼ ਅਜ਼ੀਜ਼ ਨਹੀਂ ਸੀ। ਉਹ ਗੁਲਾਮ ਮੁਹੰਮਦ ਚੱਠਾ ਨੂੰ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕਰਦਾ ਹੈ। ਜਦੋਂ ਇਹ ਵੇਖਦਾ ਹੈ ਕਿ ਉਸ ਦੀ ਵਧਦੀ ਹੋਈ ਹਕੂਮਤ, ਉਹ ਦਿਨ ਬ ਦਿਨ ਜਿਹੜੇ ਨੇ ਨਾ ਸ਼ਹਿਰ ਫਤਿਹ ਕੀਤੀ ਆ ਰਿਹਾ, ਮਹਾਂ ਸਿੰਘ ਨੂੰ ਆਪਣੀ ਹਕੂਮਤ ਜਿਹੜੀ ਨਾ ਉਹ ਖਤਰੇ 'ਚ ਲੱਗਦੀ ਹੈ। ਅਤੇ ਮਹਾਂ ਸਿੰਘ ਲਾਹੌਰ ਦੇ ਇੱਕ ਹਾਕਮ ਗੁੱਜਰ ਸਿੰਘ ਨੂੰ ਹੁਕਮ ਗਲਦਾ ਹੈ ਕਿ ਉਹ ਉਸਦੀ ਮਦਦ ਕਰੇ। ਗੁੱਜਰ ਸਿੰਘ ਉਹ ਹੁੰਦਾ ਹੈ ਕਿ ਜਿਹੜਾ ਜਦੋਂ ਲਾਹੌਰ 'ਤੇ ਨਾਦਰ ਸ਼ਾਹ ਹਮਲਾ ਕਰਦਾ ਹੈ, ਅਤੇ ਗੁੱਜਰ ਸਿੰਘ ਉਹ ਨਾਦਰ ਸਿੰਘ ਦੀਆਂ ਜਿਹੜੀਆਂ ਤੋਪਾਂ ਜਿਹੜੀਆਂ ਦਰਿਆਏ ਜੇਹਲਮ 'ਚ ਡਿੱਗੀਆਂ ਹੁੰਦੀਆਂ ਨੇ ਪੰਜਾਬ 'ਤੇ, ਜਦੋਂ ਨਾਦਰ ਸ਼ਾਹ ਹਮਲਾ ਕਰਦਾ ਉਸ ਵਕਤ ਉਹਨਾਂ ਤੋਪਾਂ ਦੇ ਵਿੱਚੋਂ ਇੱਕ ਉਹ ਤੋਪਾਂ ਸਾਰੀਆਂ ਕਢਵਾ ਕੇ ਸਾਫ਼ ਕਰਾ ਕੇ, ਬਜ਼ਾਹਿਰ ਇੱਕ ਬੜਾ ਮਕਾਰ ਕਿਸਮ ਦਾ ਉਹ ਵੀ ਆਦਮੀ ਹੈ, ਵੀ ਜਿਹੜੇ ਪਾਸੇ ਵੇਖਦਾ ਹੈ ਚੜ੍ਹਦੀਏ ਉਸ ਪਾਸੇ ਉਹ ਹੋ ਬਹਿੰਦਾ। ਅਤੇ ਗੁੱਜਰ ਸਿੰਘ ਉਹ ਤੋਪਾਂ ਨਾਦਰ ਸ਼ਾਹ ਨੂੰ ਜਦੋਂ ਗਲਦਾ ਤਾਂ ਨਾਦਰ ਸ਼ਾਹ ਖੁਸ਼ ਹੋ ਕੇ ਇਨਾਮ ਵਿੱਚ ਉਹਨੂੰ ਇੱਕ ਤੋਪ ਦੇ ਦਿੰਦਾ। ਉਹ ਗੁੱਜਰ ਸਿੰਘ ਦੀ ਆਪਣੀ ਤੋਪ ਹੁੰਦੀ ਹੈ। ਫਿਰ ਅੱਗੇ ਸਾਹਿਬ ਸਿੰਘ ਦਾ ਨਾਂ ਆਉਂਦਾ। ਸਾਹਿਬ ਸਿੰਘ ਜਿਹੜਾ ਉਹ ਗੁੱਜਰ ਸਿੰਘ ਦਾ ਪੁੱਤਰ ਹੁੰਦਾ ਅਤੇ ਉਹਨਾਂ ਦੋਵਾਂ ਦੀ ਆਪਸ ਵਿੱਚ ਅਣਬਣ ਹੋ ਜਾਂਦੀ ਹੈ। ਅਤੇ ਫਿਰ ਮਹਾਂ ਸਿੰਘ ਉਹਨਾਂ ਦੀ ਸੁਲਾਹ ਕਰਾ ਦਿੰਦਾ ਇੱਕ ਇਹ ਚਲਾਕੀ। ਫਿਰ ਦੂਸਰਾ ਇਹਨਾਂ ਦੇ ਜਿਹੜੀ ਮਹਿਲ ਦੇ ਚੱਠਿਆਂ ਦੀ ਜਿਹੜੀ ਰਿਆਸਤ ਹੈ ਉਸ ਦੇ ਵਿੱਚ ਇੱਕ ਭੱਲਾ ਨਾਮੀ ਖੱਤਰੀਏ ਉਸ ਨੂੰ ਖਰੀਦ ਲੈਂਦਾ ਅਤੇ ਉਹਦੇ ਕੋਲੋਂ ਸੁਰੰਗ ਬਣਵਾ ਕੇ ਉਹਨਾਂ 'ਤੇ ਹਮਲਾ ਕਰ ਦਿੰਦੇ ਨੇ। ਸੱਯਦ ਨਗਰ ਜਿਹੜਾ ਉਹ ਉਸ ਦੇ ਉੱਤੇ ਲੜਾਈ ਜੰਗ ਹੱਲਾ ਬੋਲ ਕੇ ਉਸ ਨੂੰ ਚੱਠਿਆਂ ਤੋਂ ਖੋਹ ਲੈਂਦੇ ਨੇ। ਅਖੀਰੀ ਫਿਰ ਸੁਲਾਹ ਦੇ ਬਹਾਨੇ ਉਹਨਾਂ ਨੂੰ ਮਹਾਂ ਸਿੰਘ ਖਤ ਲਿਖਦਾ ਅਤੇ ਆਪਣੇ ਕਸਦਾਨ ਭਿਜਵਾਉਂਦਾ ਕਿ ਸੁਲਾਹ ਕਰ ਲਈ ਜਾਏ। ਅਤੇ ਸਾਰਿਆਂ ਤੋਂ ਪਹਿਲੇ ਮੀਆਂ ਖਾਨ ਦੇ ਨਾਲ ਗੁਲਾਮ ਮੁਹੰਮਦ ਚੱਠਾ ਯਾਨੀ ਆਪਣੇ ਚਾਚੇ ਦੇ ਨਾਲ ਜਾਂਦਾ ਹੈ ਅਤੇ ਹਥਿਆਰ ਵਗੈਰਾ ਉਹਨਾਂ ਬੰਨੇ ਹੁੰਦੇ ਨੇ। ਅਤੇ ਰਣਜੀਤ ਸਿੰਘ ਉਹਨਾਂ ਦੀ ਬੜੀ ਯਾਨੀ ਰਣਜੀਤ ਸਿੰਘ ਦਾ ਪਿਓ ਮਹਾਂ ਸਿੰਘ ਉਹਨਾਂ ਦੀ ਬੜੀ ਖਾਤਰ ਤਵਾਜ਼ੇ ਕਰਾਉਂਦਾ ਹੈ, ਮਤਲਬ ਖਾਣਾ ਛਾਣਾ ਦਿੰਦਾ, ਹਰ ਤਰ੍ਹਾਂ ਦੀਆਂ ਉਹਨਾਂ ਦੀ ਜ਼ਰੂਰੀਅਤ ਵੇਖਦਾ। ਅਤੇ ਉਹਨਾਂ ਨੂੰ ਇਹ ਅਹਿਸਾਸ ਦਿਵਾਉਂਦਾ ਕਿ ਮੈਂ ਹੁਣ ਬਿਲਕੁਲ ਤੁਹਾਡੇ ਨਾਲ ਹਾਂ, ਸਾਡੇ ਵਿੱਚ ਦੋਸਤੀ ਹੈ, ਹੁਣ ਲੜਾਈ ਨਹੀਂ ਹੋਣੀ, ਦੁਸ਼ਮਣੀ ਖਤਮ। ਅਤੇ ਜਦੋਂ ਉਹ ਅਸਲੇ ਵਗੈਰਾ ਉਹ ਆਪਣੇ ਨਾਲੋਂ ਲਾਹ ਕੇ ਥੱਲੇ ਰੱਖ ਦਿੰਦੇ ਤਾਂ ਉਹਨਾਂ ਨੂੰ ਕੈਦ ਕਰਵਾ ਦਿੰਦਾ। ਅਤੇ ਅਖੀਰੀ ਉਸਨੂੰ ਮੀਆਂ ਖਾਨ ਨੂੰ ਤੋਪ ਦੇ ਮੂੰਹ ਅੱਗੇ ਮਹਾਂ ਸਿੰਘ ਬਣਵਾ ਕੇ ਅਤੇ ਪਿੱਛੋਂ ਉਸ ਤੋਂ ਡਿਮਾਂਡ ਕਰਦਾ ਕਿ ਇਹ ਜਿਹੜਾ ਤੂੰ ਮੈਨੂੰ ਸੱਯਦ ਨਗਰ ਤਾਂ ਪਹਿਲੇ ਮਿਲ ਗਿਆ ਹੁੰਦਾ, ਰਸੂਲ ਨਗਰ ਜਿਹੜਾ ਉਹ ਲਿਖ ਕੇ ਦੇ ਛੱਡ। ਅਖੀਰੀ ਉਸਨੂੰ ਰਸੂਲ ਨਗਰ ਵੀ ਦੇਣਾ ਪੈਂਦਾ, ਚਾਚੇ ਦੀ ਜਿਹੜੀ ਹੈ ਨਾ ਉੱਥੇ ਤੋਪ ਦੇ ਅੱਗੇ ਬਣਵਾ ਕੇ ਉਹਨੂੰ ਮਰਵਾ ਦਿੰਦਾ ਮਹਾਂ ਸਿੰਘ। ਇੱਕ ਪਹਿਲੀ ਸਾਜ਼ਿਸ਼ ਇਹਦੀ ਇਹ ਹੋ ਜਾਂਦੀ ਹੈ। ਫਿਰ ਕੁਝ ਦੇਰ ਬਾਅਦ ਮਹਾਂ ਸਿੰਘ ਉਹਨੂੰ ਫਿਰ ਕਾਸਤ ਗਲਦਾ ਕਿ ਮਹਾਂ ਸਿੰਘ ਕਹਿੰਦਾ ਕਿ ਮੈਂ ਗਲਤੀ ਦੀ ਮਾਫ਼ੀ ਮੰਗਣਾ ਚਾਹੁੰਦਾ, ਨਹੀਂ ਤੋਂ ਗਲਤੀ ਹੋ ਜਾਂਦੀ ਹੈ। ਫਿਰ ਗੁਲਾਮ ਮੁਹੰਮਦ ਸਾਦਾ ਲੋ ਹੋਣ ਦੀ ਵਜ੍ਹਾ ਤੋਂ ਉਹਦੇ ਦੂਜੀ ਵਾਰੀ ਫਿਰ ਧੋਖੇ 'ਚ ਆ ਜਾਂਦਾ ਅਤੇ ਉਹ ਕੁਤਬੁੱਦੀਨ ਨੂੰ ਗਲਦਾ ਜਾਂ ਇਹ ਸਾਰੇ ਵਾਕਿਆ ਦੀ ਜਿਹੜੀ ਹੈ ਨਾ ਪੁੱਛ ਪ੍ਰਤੀਤ ਕਰ ਰਿਹਾ। ਕੁਤਬੁੱਦੀਨ ਗੁਲਾਮ ਮੁਹੰਮਦ ਚੱਠਾ ਦਾ ਭਰਾ ਹੁੰਦਾ।
ਗੁਲਾਮ ਮੁਹੰਮਦ ਚੱਠਾ ਦਾ ਭਰਾ ਹੁੰਦਾ ਅਤੇ ਇਹ ਜਾ ਕੇ ਜਦੋਂ ਜਾਂਦਾ ਹੈ ਅਤੇ ਖਾਣਾ ਸਾਰਾ ਮਾਹੌਲ ਵੇਖਦਾ ਹੈ, ਗ੍ਰੰਥ ਸਾਹਿਬ ਕਿਤਾਬ ਰੱਖ ਕੇ ਮਹਾਂ ਸਿੰਘ ਕਸਮ ਖਾਂਦਾ ਹੈ ਕਿ ਮੈਂ ਹੁਣ ਲੜਾਈ ਨਹੀਂ ਕਰਾਂਗਾ ਬਲਕਿ ਹੁਣ ਸਾਡੇ 'ਚ ਅਮਨ ਅਤੇ ਪਿਆਰ ਹੋਵੇਗਾ। ਠੀਕ ਹੈ, ਨਾਲ ਰਣਜੀਤ ਸਿੰਘ ਨੂੰ ਕੱਲ੍ਹ ਦਿੰਦਾ ਹੈ ਅਤੇ ਇਸੇ ਤਰ੍ਹਾਂ ਗੁਲਾਮ ਮੁਹੰਮਦ ਚੱਠਾ ਫਿਰ ਯਕੀਨ ਕਰ ਲੈਂਦਾ ਹੈ ਅਤੇ ਉਹਨਾਂ ਦੇ ਰਣਜੀਤ ਸਿੰਘ ਨੂੰ ਨਾਲ ਲੈ ਕੇ ਫਿਰ ਮਹਾਂ ਸਿੰਘ ਦੇ ਕੋਲ ਜਾਂਦੇ ਨੇ ਅਤੇ ਉੱਥੇ ਫਿਰ ਇਹ ਸਾਜ਼ਿਸ਼ ਹੁੰਦੀ ਹੈ ਕਿ ਮਹਾਂ ਸਿੰਘ ਉਹਨਾਂ ਨੂੰ ਕੈਦ ਕਰ ਲੈਂਦਾ ਹੈ। ਅਖੀਰੀ ਉਹਨਾਂ ਨੂੰ ਉਹ ਕੈਦ ਕਰਦਾ ਅਤੇ ਉੱਥੋਂ ਕੈਦ ਵਿੱਚੋਂ ਫਿਰ ਉਹਨਾਂ ਨੂੰ ਰਸੂਲ ਨਗਰ ਵੀ ਲਿਖ ਕੇ ਦੇਣਾ ਪੈਂਦਾ ਹੈ। ਫਿਰ ਜਦੋਂ ਵਾਪਸ ਜਾਂਦਾ, ਯਾਨੀ ਇਹ ਤੀਜੀ ਵਾਰੀ ਇਹ ਸਾਰੀਆਂ ਮੁਨਾਫਕਤਾਂ ਇਹ ਵੇਖ ਕੇ ਸਾਰਾ ਖੋਜ ਕਰਕੇ ਫਿਰ ਗੁੱਜਰ ਸਿੰਘ ਜਿਹੜਾ ਉਸ ਨੂੰ ਜਦੋਂ ਫੌਜਾਂ ਦੇ ਨਾਲ ਗਿਲਦਾ ਤਾਂ ਉਹਦੇ ਪੁੱਤਰ ਨੂੰ, ਯਾਨੀ ਗੁਲਾਮ ਰਹਿਮਤ ਖਾਨ ਚੱਠਾ ਜਿਹੜਾ ਗੁਲਾਮ ਮੁਹੰਮਦ ਦਾ ਪੁੱਤਰ, ਉਸ ਨੂੰ ਕੈਦ ਕਰਵਾ ਕੇ ਉਹਦੇ ਇਵਜ਼ ਮਹਾਂ ਸਿੰਘ ਕਹਿੰਦਾ ਜਾਂ ਮੈਂ ਤੇਰੇ ਪੁੱਤਰ ਨੂੰ ਮਾਰ ਦੇਣਾ ਅਤੇ ਜਾਂ ਮੈਨੂੰ ਰਸੂਲ ਨਗਰ ਜਾਂ ਆਪਣੀ ਜਿਹੜੀ ਹੈ ਨਾ ਹਕੂਮਤ ਛੱਡ ਅਤੇ ਟੈਕਸ ਦੇ ਸਾਨੂੰ ਅਤੇ ਸਾਡੀ ਹਕੂਮਤ ਤਸਲੀਮ ਕਰ। ਲੇਕਿਨ ਚੜ੍ਹਤਮੰਦ ਜਿਹੜਾ ਗੁਲਾਮ ਮੁਹੰਮਦ ਹੈ ਚੱਠਾ, ਉਹ ਗੈਰਤਮੰਦ ਸੀ। ਉਹ ਕਹਿੰਦਾ ਕਿ ਮੈਨੂੰ ਪੁੱਤਰ ਦੀ ਜਾਨ ਨਹੀਂ ਪਿਆਰੀ ਬਲਕਿ ਮੈਂ ਤੇਰੀ ਹਕੂਮਤ ਨੂੰ ਤਸਲੀਮ ਨਹੀਂ ਕਰਨਾ, ਕਿਉਂਕਿ ਮੁਸਲਮਾਨ ਕਦੀ ਵੀ ਕਿਸੇ ਗੈਰ ਮਜ਼ਹਬ ਰੱਖਣ ਵਾਲੇ ਦੀ ਜਿਹੜਾ ਨਾ ਹਕੂਮਤ ਨੂੰ ਸ਼ੁਰੂ ਤੋਂ ਹੀ ਤਸਲੀਮ ਨਹੀਂ ਕਰਦਾ। ਉਹਦੇ ਵਿੱਚ ਉਹ ਗੈਰਤਮੰਦੀ ਦੀ ਵਜ੍ਹਾ ਤੋਂ ਇਹ ਸਾਰਾ ਕੰਮ ਹੁੰਦਾ। ਅਤੇ ਗੁਲਾਮ ਮੁਹੰਮਦ ਚੱਠਾ ਜਿਹੜਾ ਉਹ ਇਸੇ ਤਰ੍ਹਾਂ ਉਹਦੀ ਇਹ ਆਫਰ ਕਬੂਲ ਨਹੀਂ ਕਰਦਾ। ਅਖੀਰੀ ਫਿਰ ਤੀਜੀ ਵਾਰ ਗੁਲਾਮ ਮੁਹੰਮਦ ਚੱਠਾ ਉਸਦੇ ਪੁੱਤਰ ਨੂੰ ਉਹਨਾਂ ਦੇ ਕੋਲ, ਗੁਲਾਮ ਮੁਹੰਮਦ ਚੱਠਾ ਜਿਹੜਾ ਉਹਦੇ ਪੁੱਤਰ ਜਿਹੜਾ ਰਹਿਮਤ ਖਾਨ, ਉਹਨੂੰ ਮਹਾਂ ਸਿੰਘ ਉਹਨਾਂ ਕੋਲ ਵਾਪਸ ਭਿਜਵਾਉਂਦਾ ਅਤੇ ਫਿਰ ਸੁਲ੍ਹਾ ਦੀ ਪੇਸ਼ਕਸ਼ ਤੀਜੀ ਵਾਰੀ ਜਦੋਂ ਫਿਰ ਪੇਸ਼ਕਸ਼ ਕਰਦਾ ਤਾਂ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਬੁਲਵਾ ਲੈਂਦਾ ਅਤੇ ਉੱਥੇ ਬੰਨ ਲੈਂਦਾ। ਅਤੇ ਫਿਰ ਉਹਨਾਂ ਦੀਆਂ ਸਾਜ਼ਿਸ਼ਾਂ ਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੁੰਦਾ। ਫਿਰ ਮਹਾਂ ਸਿੰਘ ਜਿਹੜਾ ਉਹ ਉਹਨਾਂ ਨੂੰ ਕੈਦ ਕਰ ਲੈਂਦਾ ਅਤੇ ਕੈਦ ਦੇ ਵਿੱਚ ਗੁਲਾਮ ਮੁਹੰਮਦ ਚੱਠਾ ਜਿਹੜਾ ਉਹ ਕਹਿੰਦਾ ਕਿ ਹੁਣ ਮੈਂ ਹਰ ਚੀਜ਼ ਛੱਡ ਦਿੱਤੀ ਹੈ, ਬਸ ਮੇਰੀ ਇੱਕ ਆਫਰ ਹੈ ਕਿ ਮੈਨੂੰ ਤੁਸੀਂ ਹੁਣ ਹੱਜ 'ਤੇ ਜਾਣ ਦਿਓ। ਉਹ ਗੁਲਾਮ ਮੁਹੰਮਦ ਚੱਠਾ, ਕੁਤਬੋਦੀਨ ਅਤੇ ਉਹਦੇ ਪੁੱਤਰ ਦੋਵੇ ਉਹ ਹੱਜ 'ਤੇ ਉਹਨਾਂ ਨੂੰ ਰਵਾਨਾ ਕਰਨ ਵਾਸਤੇ ਰਣਜੀਤ ਸਿੰਘ ਇਜਾਜ਼ਤ ਦੇ ਮਹਾਂ ਸਿੰਘ ਇਜਾਜ਼ਤ ਦੇ ਦਿੰਦਾ ਹੈ। ਅਤੇ ਜਦੋਂ ਉਹ ਰਸਤੇ 'ਚ ਹੁੰਦੇ ਨੇ ਤਾਂ ਉਹਨਾਂ ਨੂੰ ਨਿਹੱਤੇ ਵੇਖ ਕੇ ਅਤੇ ਆਪਣੇ ਫੌਜੀਆਂ ਨਾਲ ਹਮਲਾ ਕਰਵਾਉਂਦਾ ਅਤੇ ਮਰਵਾ ਦਿੰਦਾ। ਉੱਥੋਂ ਖਾਨ ਮੁਹੰਮਦ ਜਿਹੜਾ ਉਹ ਨੱਸ ਜਾਂਦਾ ਅਤੇ ਖਾਨ ਰਹਿਮਤ ਖਾਨ ਆਪਣੀ ਘੋੜੀ ਵਜਾ ਕੇ ਨੱਸ ਜਾਂਦਾ ਉਹਦਾ, ਗੁਲਾਮ ਮੁਹੰਮਦ ਚੱਠੇ ਦਾ ਪੁੱਤਰ। ਅਤੇ ਖਾਨ ਮੁਹੰਮਦ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਤੁਸੀਂ ਰਾਜਾ ਕੋਲ ਲੈ ਜਾਓ, ਯਾਨੀ ਮਹਾਂ ਸਿੰਘ ਕੋਲ। ਮਹਾਂ ਸਿੰਘ ਨੂੰ ਸ਼ਾਇਦ ਉਹ ਇਹ ਕਹਿੰਦਾ ਕਿ ਮੇਰੀ ਜਾਨ ਬਖਸ਼ ਜਾਵੇਗਾ। ਜਦੋਂ ਮਹਾਂ ਸਿੰਘ ਕੋਲ ਖਾਨ ਮੁਹੰਮਦ ਜਾਂਦਾ ਅਤੇ ਉਹ ਕਹਿੰਦਾ ਸ਼ਾਇਦ ਇਹ ਚੱਠਿਆਂ ਦੀ ਸਾਜ਼ਿਸ਼ ਹੋਵੇ ਅਤੇ ਉਸ ਨੂੰ ਵੀ ਮਰਵਾ ਦਿੰਦਾ। ਅਤੇ ਉੱਧਰੋਂ ਮੁਹੰਮਦ ਗੁਲਾਮ ਮੁਹੰਮਦ ਚੱਠਾ ਦੀ ਜਿਹੜੀ ਬੀਵੀ ਹੈ ਉਹਦੀ ਗੱਦਾਰੀ ਦੇ ਕਾਰਨ ਵੀ ਇਹ ਚੱਠਿਆਂ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਸਾਰਾ ਕੁਝ ਕਰਨਾ ਪੈਂਦਾ। ਇਹ ਸੀ ਉਸ ਵਾਰ ਦੀ ਕਹਾਣੀ ਅਤੇ ਹੁਣ ਅਸੀਂ ਉਹਨਾਂ ਕਿਰਦਾਰਾਂ ਰਾਹੀਂ ਜੋ ਇਹਨੇ ਪੀਰ ਮੁਹੰਮਦ ਨੇ ਬਿਆਨ ਕੀਤੇ ਨੇ, ਜਿਸ ਨੂੰ ਫਜ਼ਲ ਉਲ ਹੱਕ ਨੇ ਬਾਅਦ ਵਿੱਚ ਮੁਰੱਤਬ ਕੀਤਾ ਹੈ, ਉਸ ਦੇ ਕਿਰਦਾਰਾਂ ਰਾਹੀਂ ਜਿਹੜੇ ਸਵਾਲ ਬਣਦੇ ਨੇ ਅਸੀਂ ਉਹਨਾਂ 'ਤੇ ਡਿਸਕਸ ਕਰਨੇ ਹਾਂ। ਕਿਉਂਕਿ ਪਹਿਲੇ ਕਹਾਣੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਇਸ ਲਈ ਅਸੀਂ ਇਹ ਪਹਿਲੇ ਕਹਾਣੀ ਪੇਸ਼ ਕੀਤੀ ਹੈ ਅਤੇ ਹੁਣ ਅਸੀਂ ਉਹਨਾਂ ਦੇ ਕਿਰਦਾਰਾਂ ਰਾਹੀਂ ਉਹਨਾਂ ਦਾ ਜਾਇਜ਼ਾ ਲੈਂਦੇ ਅਤੇ ਆਓ ਹੁਣ ਉਹਨਾਂ ਦੇ ਕਿਰਦਾਰਾਂ 'ਤੇ ਜਿਹੜੇ ਜਿਹੜੇ ਸਵਾਲ ਬਣਦੇ ਨੇ ਉਹਨਾਂ ਵੱਲ ਨਜ਼ਰ ਮਾਰੀਏ। ਚਿੱਠੀਆਂ ਦੀ ਵਾਰ ਕਹਿ ਲਿਖੀ, ਉਸ ਦਾ ਨਾਂ ਦੱਸੋ। ਪੀਰ ਮੁਹੰਮਦ ਜਿਹੜਾ ਨੂਨਾਵਾਲੀ ਜ਼ਿਲ੍ਹਾ ਗੁਜਰਾਤ ਦਾ ਰਹਿਣ ਵਾਲਾ ਸੀ, ਉਸ ਨੇ ਸਾਰਿਆਂ ਤੋਂ ਪਹਿਲੇ ਚਿੱਠੀਆਂ ਦੀ ਵਾਰ ਲਿਖੀ। ਇਸ ਵਾਰ ਵਿੱਚ ਕਿਸ ਦੌਰ ਦੇ ਹਾਲਾਤ ਨੇ? ਇਸ ਵਿੱਚ 1764 ਤੋਂ 1797 ਦੇ ਹਾਲਾਤ ਸਨ। ਇਹ ਗੁਜਰਾਂਵਾਲਾ ਅਤੇ ਗੁਜਰਾਤ ਦੇ ਦਰਮਿਆਨ ਹੋਈਆਂ ਜੰਗਾਂ ਜਾਂ ਹੋਈਆਂ ਜਾਂ ਲੜਾਈਆਂ ਦਾ ਮੂੰਹ ਬੋਲ ਦਾ ਸਬੂਤ ਹੈ। ਨੂਰ ਮੁਹੰਮਦ ਚੱਠਾ ਕਦੋਂ ਫੌਤ ਹੋਇਆ? 1776 ਵਿੱਚ ਫੌਤ ਹੋਇਆ ਅਤੇ ਅਗਲੇ ਸਾਲ 1777 ਵਿੱਚ ਮਹਾਂ ਸਿੰਘ ਨੇ ਚੜ੍ਹਾਈ ਕਰ ਦਿੱਤੀ ਆਪਣੀ ਫੌਜ ਨਾਲ। ਮੈਂਚਰ 'ਤੇ ਮਹਾਂ ਸਿੰਘ ਨੇ ਕਦੋਂ ਹਮਲਾ ਕੀਤਾ? 1790 ਵਿੱਚ। ਔਰਤ ਦੀ ਬੇਵਫਾਈ ਪਾਰੋਂ ਇਸ ਵਿੱਚ ਗੁਲਾਮ ਮੁਹੰਮਦ ਚੱਠਾ ਨੂੰ ਹਾਰ ਹੋਈ ਅਤੇ ਮਹਾਂ ਸਿੰਘ ਜਿੱਤ ਗਿਆ। ਬਾਕੀ ਕਿਰਦਾਰਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਕੁਝ ਪੜ੍ਹਨ ਵਾਲਿਆਂ 'ਤੇ ਗੱਲ ਛੱਡ ਦਿੱਤੀ ਗਈ ਇੱਕ ਖੁਦ ਸਵਾਲਾਤ ਬਣਾਉਣ। ਉਹਦੇ ਵਿੱਚ ਕਿਸ ਤਰ੍ਹਾਂ ਦੇ ਸਵਾਲਾਤ ਆ ਸਕਦੇ ਨੇ ਕਿ ਚੜ੍ਹਤ ਸਿੰਘ ਕੌਣ ਸੀ, ਮਹਾਂ ਸਿੰਘ ਕੌਣ ਸੀ, ਰਣਜੀਤ ਸਿੰਘ ਕੌਣ ਸੀ,
ਅਤੇ ਰਾਣੀ ਦੇਸਾਂ ਕੌਣ ਸੀ, ਗੁੱਜਰ ਸਿੰਘ ਕੌਣ ਸੀ, ਸਾਹਿਬ ਸਿੰਘ ਕੌਣ ਸੀ ਅਤੇ ਕੁਤਬੁੱਦੀਨ ਚਿੱਠਾ ਕੌਣ ਸੀ ਅਤੇ ਗੁਲਾਮ ਮੁਹੰਮਦ ਚਿੱਠਾ, ਅਤੇ ਇਹ ਸਾਰੀ ਇਸ ਜਿਹੜੀ ਪਹਿਲੇ ਸਟੋਰੀ ਸੁਣਾਈ ਹੈ ਉਸ ਨੂੰ ਸੁਣ ਕੇ ਤੁਸੀਂ ਇਸ ਦੇ ਸਾਰੇ ਇਹ ਸਵਾਲਾਂ ਦੇ ਜਵਾਬਾਂ ਤੁਸੀਂ ਖੁਦ ਬਣਾਉਣੇ ਨੇ ਅਤੇ ਸ਼ਹਿਰ ਅਤੇ ਲੜਾਈਆਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਲੜਾਈਆਂ ਹੋਈਆਂ, ਸੱਯਦ ਨਗਰ, ਰਸੂਲ ਨਗਰ ਅਤੇ ਮੈਂਚਰ, ਅਤੇ ਇਹ ਲੜਾਈਆਂ ਜਿਹੜੀਆਂ ਨੇ ਚਿੱਠਿਆਂ ਅਤੇ ਸਿੱਖਾਂ ਦੇ ਵਿਚਕਾਰ ਇਹ ਜੰਗ ਹੋਈ।